بسم اللہ الرحمن الرحیم السلام علیکم میرے پیارے دوستو میں اس ٹائم اپنے پنڈ ہی لگا پھرنا ہوں تے پنڈ لگا پھرنا تے میرا دل کیتا سی کہ یار نا اج تواڈے دوستاں دے نال نا ایک گل شیئر کریے گل شیئر اے کرنی ہے کہ ماشاءاللہ ساڈے کول وی اس ٹائم نا ا گراؤنڈ بن گیا اگے شاید ਤੁਸੀਂ پچھلیاں ویڈیو دے وچ وی ویکھیا ہوئے ਸਾਰੇ ਵੀਰਾਂ ਨੇ ਭਰਾਵਾਂ ਨੇ ਕਿ ਅਸੀਂ ਜਿਹੜਾ ਹੈ ਨਾ ਕਦੀ ਕਿਸੇ ਪਿੰਡ ਦੇ ਵਿੱਚ ਜਾ ਕੇ ਖੇਡ ਲੀਦਾ ਸੀ ਕਦੀ ਕਿਸੇ ਸ਼ਹਿਰ ਦੇ ਵਿੱਚ ਜਾ ਕੇ ਮੈਚ ਕਰ ਲੀਦਾ ਸੀ ਹੁਣ ਇਸ ਟਾਈਮ ਜਿਹੜਾ ਉਹ ਸਾਡੇ ਪਿੰਡ ਦੇ ਨਾਲ ਹੀ ਇੱਕ ਖਾਲੀ ਪਲਾਟ ਸੀ ਉੱਥੇ ਜਗ੍ਹਾ ਮਿਲੀ ਉੱਥੇ ਵਿਕਟ ਬਣਾਈ ਐ ਇਸ ਟਾਈਮ ਤੇ ਕੱਲ ਕਰਾਇਆ ਕਰਿਆ ਵੀ ਭਰਾਵਾਂ ਨੇ ਮਾਰਿਆ ਹੁੰਦੇ ਚ ਤੇ ਮੈਂ ਚਾਹਾਂਗਾ ਕਿ ਤੁਹਾਨੂੰ ਉਸ ਜਗ੍ਹਾ ਤੇ ਲੈ ਜਾਵਾਂ ਤੁਹਾਨੂੰ ਔਰ ਜਗ੍ਹਾ ਵਹਾਵਾ ਤੇ ਮੈਂ ਉੱਥੇ ਹੀ ਜਾ ਰਿਹਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਐ ਇਸ ਚੀਜ਼ ਦੀ ਕਿ ਯਾਰ ਚਲੋ ਮੈਚ ਵੇਖਣ ਵਾਸਤੇ ਜਗ੍ਹਾ ਲਾਗੇ ਤੇ ਮਿਲੀ ਇਹ ਜਿਹੜੀ ਐ ਇਹ ਜਗ੍ਹਾ ਹੈਗੀ ਐ ਪਿਛਲੇ ਸੀਜ਼ਨ ਦੇ ਵਿੱਚ ਵੀ ਇੱਥੇ ਨਾ ਕਬੱਡੀਆਂ ਦਾ ਮੈਚ ਹੁੰਦਾ ਸੀ ਤੇ ਹਾੜਵਾਸੇ ਵਿਗੜ ਬਣਾਈ ਐ ਨਾ ਤੇ ਪਿਛਲੇ ਸੀਜ਼ਨ ਦੇ ਵਿੱਚ ਇੱਥੇ ਬਹਿ ਜਾਂਦੇ ਹੁੰਦੇ ਸੀ ਤੇ ਬਹਿ ਕੇ ਜਿਹੜੀ ਮੈਚ ਨੂੰ ਨਾ ਇੰਜੋਏ ਕਰਨਾ ਸੀ ਤੇ ਉਸ ਤੋਂ ਬਾਅਦ ਬੜੇ ਸ਼ੁਗਲ ਲੱਗਣੇ ਕਰਨੇ ਦੋਸਤ ਯਾਰ ਬੇਲੀ ਇਕੱਠੇ ਹੋ ਜਾਣੇ ਕਰਨੇ ਸੰਡੇ ਐਤਵਾਰ ਵਾਲੇ ਦਿਨ ਤੇ ਮੈਂ ਹੁਣ ਜਾ ਰਿਹਾ ਹਾਂ ਉਸੇ ਗਰਾਊਂਡ ਦੇ ਵਿੱਚ ਇਹ ਖਾ ਲੇਗਾ ਨਾਲ ਹੀ ਰਸਤਾ ਹੈ ਇਹ ਕ੍ਰਾਸ ਕਰੀਏ ਤੇ ਗਰਾਊਂਡ ਦੇ ਵਿੱਚ ਚਲੀਏ ਇਹ ਗਰਾਊਂਡ ਹੈ ਤੇ ਇਹ ਜਿਹੜਾ ਕੱਲ ਕਰਾਇਆ ਕਰਿਆ ਮਾਰਿਆ ਇਹਨਾਂ ਮੁੰਡਿਆਂ ਨੇ ਇੱਥੇ ਇਹ ਸਾਰਾ ਤੇ ਉਹ ਵਿਗੜ ਬਣੀ ਉਸ ਵਿਗੜ ਤੇ ਚੱਲਨੇ ਉਸ ਵਿਗੜ ਤੇ ਚੱਲਨੇ ਆ ਤੇ ਵਿਗੜ ਨੂੰ ਵੇਣੇ ਆ ਇਹ ਵਿਗੜ ਤੇ ਆ ਗਏ ਆਪਾਂ ਆਪਾਂ ਕੀ ਮੈਂ ਆ ਗਿਆ ਇਹ ਵਿਗੜ ਤੇ ਮੈਂ ਆ ਗਿਆ ਤੇ ਇਹ ਵਿਗੜ ਜਿਹੜੀ ਹੈ ਨਾ ਛੋਟੀ ਬਣਾਈ ਗਈ ਹੈ ਇਹ ਰੂਲਰ ਵਾਲਾ ਵੀ ਨਾ ਰੂਲਰ ਵਾਲੇ ਨੇ ਕੱਲ ਕੀਤਾ ਇੱਥੇ ਇਹ ਛਾਪੇ ਇਸ ਤਰ੍ਹਾਂ ਰੱਖੇ ਨੇ ਇੱਥੇ ਡੰਗਰ ਡੰਗਰ ਵੀ ਆਂਦੇ ਨੇ ਤੇ ਜਿਹੜੇ ਡੰਗਰ ਆਂਦੇ ਨੇ ਉਹ ਵਿਗੜ ਨੂੰ ਢਾ ਦੇਂਦੇ ਨੇ ਕੱਲ ਮਿਹਨਤ ਬਹੁਤ ਜ਼ਿਆਦਾ ਕੀਤੀ ਮੁੰਡਿਆਂ ਨੇ ਤੇ ਉਹ ਮਿਹਨਤ ਇਨਸ਼ਾਅੱਲਾ ਤਾਲਾ ਰੰਗ ਲਿਆਏਗੀ ਮੈਚ ਇੱਥੇ ਟੈਬਲ ਦੇ ਵੀ ਹੁਣ ਕਰਨਗੇ ਤੇ ਹਾਰਡ ਬਾਲ ਦੇ ਵੀ ਹੋਣਗੇ ਜਿਹਨੂੰ ਲੈਦਰ ਬਾਲ ਵੀ ਕਿਹਾ ਜਾਂਦਾ ਹੈ ਲੈਦਰ ਦੇ ਇਹ ਜਿਹੜੇ ਟੋਏ ਆਏ ਨੇ ਇਹਨਾਂ ਨੂੰ ਬਸ ਹੁਣ ਪੂਰਨਾ ਹੈ ਜਿਸ ਤਰ੍ਹਾਂ ਇਹ ਸੁੱਕਣਗੇ ਉਸ ਤਰ੍ਹਾਂ ਇਹ ਸਾਰੇ ਪੂਰੇ ਜਾਣਗੇ ਕਰਾਇਦਾ ਅਸਲ ਜਿਹੜਾ ਸੀ ਨਾ ਬੈਕ ਕਰਾਇਆ ਸੀ ਜਿਹੜਾ ਫਰੰਡ ਕਰਾਇਆ ਸੀ ਨਾ ਉਹ ਨਹੀਂ ਸੀ ਆਇਆ ਐ ਵਿਗਟ ਇਹ ਚਾਰ ਦੀਵਾਰੀ ਹੈ ਚਾਰ ਦੀਵਾਰੀ ਦੇ ਅੰਦਰ ਮੈਚ ਖੇਡਿਆ ਜਾਇਆ ਕਰਾਂਗਾ ਇਨਸ਼ਾਅੱਲਾ ਨੈਕਸਟ ਸੰਡੇ ਜਿਹੜਾ ਹੋਏਗਾ ਮੈਚ ਇੱਥੇ ਹੀ ਹੋਏਗਾ ਤੇ ਮੈਚ ਜਿਹੜਾ ਉਹ ਇੰਟਰਸਟਿੰਗ ਹੁੰਦਾ ਹੈ ਕਿਉਂਕਿ ਜੰਗ ਹੁੰਦੀ ਹੈ ਇੱਕ ਮੈਚ ਭਾਵੇਂ ਕੋ ਆਪਣਾ ਤੇ ਭਾਵੇਂ ਕੋ ਬਗਾਨਾ ਹੈ ਮੈਚ ਦੇ ਵਿੱਚ ਜਿਹੜਾ ਹੈ ਨਾ ਮੈਚ ਨੂੰ ਸੀਰੀਅਸ ਹੀ ਖੇਡਣਾ ਚਾਹੀਦਾ ਹੈ ਵੈਸੇ ਜੋ ਵੀ ਇਹ ਮੈਚ ਦੇ ਵਿੱਚ ਹਾਸਾ ਮਜ਼ਾਕ ਸ਼ੁਗਲੋ ਬੱਕਰੀ ਗੱਲ ਹੈ ਤੇ ਇਹ ਮੇਰਾ ਪਿੰਡ ਹੈਗਾ ਇਹ ਦਰਖਤ ਲੱਗੇ ਨੇ ਜਿੰਦੇ ਥੱਲੇ ਬਹਿ ਕੇ ਮੈਚ ਵੇਖਣਾ ਕਰਨਾ ਸੀ ਅਗਰ ਗਰਮੀਆਂ ਆ ਰਹੀਆਂ ਨਾ ਟੇਬਲ ਜ਼ਿਆਦਾਤਰ ਇੱਥੇ ਮੈਚ ਖੇਡਿਆ ਜਾਏਗਾ ਹਾਰਬੋਲ ਤੇ ਜਰਾ ਘੱਟ ਵੱਧਦੀ ਕਿਉਂਕਿ ਹੁਣ ਗਰਮੀਆਂ ਦੇ 1-2 ਐਤਵਾਰ ਜਾਂ 1-2 ਮਹੀਨੇ ਜਿਹੜਾ ਨਾ ਮੈਚ ਖੇਡ ਜਾਏਗਾ ਸਭ ਤੋਂ ਪ੍ਰੋਬਲਮ ਜਿਹੜੀ ਗਰਾਊਂਡ ਦੇ ਵਿੱਚ ਹੈਗੀ ਹੈ ਨਾ ਉਹ ਤੁਹਾਨੂੰ ਦੱਸੀ ਨਹੀਂ ਦੀ ਉਹ ਮੈਂ ਹੁਣ ਦੱਸ ਰਿਹਾ ਜਿਹੜਾ ਖਾਲ ਏ ਹਾਰਡਬਾਲ ਦੀ ਗੇਂਦ ਜਿਹੜੀ ਇਹ ਉਹ ਭੇਜ ਜਵੇ ਤੇ ਬੇਕਾਰ ਹੋ ਜਾਂਦੀ ਏ ਕਿ ਉਹ 2-4 ਜਾਂ ਇੱਕ ਅੱਧਾ ਹਵਰ ਭਜਣ ਤੋਂ ਬਾਅਦ ਖੇਡੇ ਤੋਂ ਗੇਂਦ ਨਾ ਫੁੱਲ ਜਾਂਦੀ ਭਾਵੇਂ ਪਾਣੀ ਮਾੜਾ ਜਾਂ ਲੱਗ ਜਾਏ ਤੋੜ ਹੀ ਬਾਉਂਡਰੀ ਦੇ ਨਾਲ ਜਿਹੜਾ ਹੈ ਨਾ ਖਾਲ ਏ ਤੇ ਛਾੜ ਵਜਦੀ ਏ ਬਾਉਂਡਰੀ ਤੋਂ ਪਾਰ ਵੀ ਜਾਂਦੀਆਂ ਛਾਟਾਂ ਮੈਂ ਤੁਹਾਨੂੰ ਇੱਕ ਦਫਾ ਨਾ ਦੁਬਾਰਾ ਜਿਹੜਾ ਨਾ ਪੂਰੇ ਗਰਾਊਂਡ ਦਾ ਵਿਜ਼ਿਟ ਕਰਵਾ ਦਿਆਂ ਇਹ ਸਾਰੇ ਗਰਾਊਂਡ ਦੇ ਵਿੱਚ ਮੈਂ ਤੁਹਾਨੂੰ ਵਹਾਰਿਆ ਵਾ ਤੁਸੀਂ ਵੇਖੋ ਔਰ ਵੀਡੀਓ ਵੇਖ ਕੇ ਤੇ ਕਮੈਂਟ ਦੇ ਵਿੱਚ ਲਾਜ਼ਮੀ ਦੱਸਣਾ ਕਿ ਭਾਈ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਇਹ ਨਾਲ ਹੀ ਫੈਕਟਰੀ ਹੈ ਹਰਿਆਲੀ ਇਧਰ-ਉਧਰ ਹਰਤੀ ਲੱਗੇ ਨੇ ਤਮਾਸ਼ਾਈਆਂ ਵਾਸਤੇ ਖਾਸ ਕਰਕੇ ਬੜਾ ਮਜ਼ੇਦਾਰ ਕੰਮ ਹੈ ਤੇ ਹੁਣ ਚੱਲੀਏ ਘਰ ਨੂੰ ਗਰਾਊਂਡ ਵੇਖ ਲਿਆ ਹੁਣ ਮੈਂ ਜਾ ਰਿਹਾ ਘਰ ਨੂੰ ਘਾਰ ਚੱਲ ਕੇ ਕੀ ਹੋਣਾ ਬੱਚਿਆਂ ਦਾ ਵੀ ਇੱਥੇ ਬਣਿਆ ਤੇ ਹੁਣ ਘਰ ਜਾਣਾ ਬੰਦ ਹੈ ਕਿਉਂਕਿ ਸਾਰਾ ਗਰਾਊਂਡ ਵੇਖ ਲਿਆ ਤੇ ਆਪਣ ਨੂੰ ਜਿਹੜਾ ਅਸਲ ਮੇਨ ਮਕਸਦ ਜਿਹੜਾ ਹੈਗਾ ਤੁਹਾਨੂੰ ਵਹਾਨ ਦਾ ਤੁਹਾਨੂੰ ਪਿੰਡ ਥਾਂ ਦੇ ਗਰਾਊਂਡ ਦਾ ਮਾਹੌਲ ਜਿਸ ਤਰ੍ਹਾਂ ਕਿ ਮੈਨੂੰ ਬੜਾ ਪਿਆਰਾ ਲੱਗਦਾ ਹੈ ਮਾਹੌਲ ਜਿਹੜਾ ਨਾ ਸ਼ਹਿਰ ਨਾਲੋਂ ਪਿੰਡ ਦਾ ਗਰਾਊਂਡ ਅਕਸਰ ਪਿੰਡ ਪਿੰਡ ਆਵਦੇ ਦੇ ਹੁੰਦਾ ਹੈ ਪਾਸੇ ਗਰਾਊਂਡ ਤੇ ਚਲੇ ਜੀਏ ਤੇ ਖੈਰ ਇਹਨਾਂ ਮਜ਼ਾ ਨਹੀਂ ਆਂਦਾ ਜਿੰਨਾ ਆਪਣੇ ਗਰਾਊਂਡ ਦੇ ਵਿੱਚ ਮਜ਼ਾ ਆਂਦਾ ਹੈ ਤੇ ਮੈਂ ਹੁਣ ਜਿਹੜਾ ਤੁਹਾਨੂੰ ਹੋਰ ਵੀ ਵਖਾ ਦੇਣਾ ਇਹ ਛੋਟੇ ਬੱਚਿਆਂ ਨੇ ਗਰਾਊਂਡ ਬਣਾਇਆ ਹੈ ਇਹ ਬੱਚਿਆਂ ਨੇ ਵਿਗੜ ਬਣਾਈ ਹੈ ਛੋਟੀ ਜੀ ਇੱਥੇ ਬੱਚੇ ਵੀ ਖੇਡਦੇ ਨੇ ਕਿਉਂਕਿ ਇੱਥੇ ਬੱਚੇ ਖੇਡਦੇ ਨੇ ਬੱਚਿਆਂ ਤੇ ਤੇ ਰੌਣਕ ਹੁੰਦੀ ਹੈ ਬੱਚੇ ਆਪਣਾ ਇੰਜੋਏ ਕਰਦੇ ਨੇ ਤੇ ਉਸ ਤੋਂ ਬਾਅਦ ਮੈਂ ਇਸ ਟਮ ਇੰਦੇ ਥੱਲੇੋਂ ਗੁਜ਼ਰਨ ਲੱਗਾ ਇਹ ਟੋਇਆ ਬਣਿਆ ਇਹਦੇ ਕੰਦੇ ਥੱਲੇੋਂ ਨਾ ਇਹ ਮੁੰਡਿਆਂ ਨੇ ਆਪਦੇ ਤਹਿ ਦੀ ਸਾਰਾ ਕੁਝ ਬਣਾਇਆ ਹੈ ਛੋਟਾ ਜਿਹਾ ਮਸਲ ਸਰਾਹ ਬਣਾਇਆ ਹੈ ਕਿ ਇਥੋਂ ਲੰਘ ਵੀ ਜਾਏ ਤੇ ਇਥੋਂ ਆ ਵੀ ਜਾਈਏ ਤੇ ਮੈਂ ਹੁਣ ਗੁਜ਼ਰਨਾ ਇਥੋਂ ਇਹਦੇ ਥੱਲੇੋਂ ਗੁਜ਼ਰ ਆਇਆ ਤੇ ਹੁਣ ਚੱਲੀਏ ਘਰ घर निकलीए चलीए तो चलो हम थोड़े को इजाजत चाहवागा नैक्सट वीडियो वास्ते मैनू इजाज़त दो अल्लाह हाफिज़